ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਾਚੀਨ ਬੇਰੀਆਂ ਅਤੇ ਇਮਲੀ ਦੇ ਦਰਖਤਾਂ ਦੀ ਖਾਸ ਮਹੱਤਤਾ ਹੈ, ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਖੇਤੀਬਾੜੀ ਵਿਭਾਗ ਪੰਜਾਬ ਦੇ ਹਵਾਲੇ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਨਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਇਸ ਮਹੀਨੇ ਇਹਨਾਂ ਰੁੱਖਾਂ ਦੀ ਕਾਂਟ ਛਾਂਟ ਅਤੇ ਦਵਾਈ ਦੇ ਛਿੜਕਾਅ ਲਈ ਦਰਬਾਰ ਸਾਹਿਬ ਵਿਖੇ ਪਹੁੰਚੀ ਅਤੇ ਦਰਖਤਾਂ ਦੀ ਸਾਂਭ ਸੰਭਾਲ ਲਈ ਜ਼ਰੂਰੀ ਉਪਰਾਲੇ ਕੀਤੇ। ਅਸੀਂ ਇਹ ਸੇਵਾ ਹਰ ਸਾਲ ਲਗਾਤਾਰ ਕਰ ਰਹੇ ਹਾਂ। ਇਸ ਦੇ ਵਿੱਚ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਵਿਗਿਆਨੀਆਂ ਦੀ ਟੀਮ ਹਰ ਸਾਲ ਇੱਥੇ ਆਉਂਦੀ ਆ, ਉਹ ਵਿਗਿਆਨੀ ਆਪਣੇ ਆਪਣੇ ਵਿਸ਼ੇ ਨਾਲ ਸੰਬੰਧਿਤ ਇਹਨਾਂ ਇਤਿਹਾਸਕ ਰੁੱਖਾਂ ਦੀ ਜਿਹੜੀ ਵੀ ਕੋਈ ਸਮੱਸਿਆ ਹੁੰਦੀ ਆ ਉਸ ਦਾ ਇਲਾਜ ਕਰਦੇ ਹਨ ਅਤੇ ਇਹਨਾਂ ਦਾ ਰੱਖ ਰਖਾਅ ਨਿਰੰਤਰ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਜਿਹੜੀ ਕਾਂਡ ਛਾਂਟ ਕੀਤੀ ਗਈ ਆ ਅਤੇ ਜ਼ਰੂਰਤ ਦੇ ਅਨੁਸਾਰ ਸਪਰੇਅ ਕੀਤੀ ਜਾ ਰਹੀ ਆ ਤਾਂ ਕਿ ਇਹਨਾਂ ਇਤਿਹਾਸਕ ਰੁੱਖਾਂ ਦੀ ਵੱਧ ਤੋਂ ਵੱਧ ਜਿਹੜੀ ਉਮਰ ਲੰਮੀ ਹੋ ਸਕੇ। ਬੇਰਵਾ ਬੁੱਢਾ ਸਾਹਿਬ ਜੋ ਕਿ ਇਹਨਾਂ ਬੇਰਾਂ ਦੇ ਵਿੱਚ ਸਭ ਤੋਂ ਪੁਰਾਣਾ ਇਤਿਹਾਸਕ ਰੁੱਖ ਹਨ, ਇਹਨਾਂ ਦੀ ਉਮਰ 400 ਸਾਲ ਤੋਂ ਵਧੇਰੇ ਹੈ, ਜੋ ਕਿ 700 ਸਾਲ ਤੱਕ ਵੀ ਹੋ ਸਕਦੀ ਹੈ।